जी राशिद भाई वालेकुम अस्सलाम रहमतुल्लाह बरकातहू। राशिद भाई जाना हो रही है जी, मैं क्या जी जाना मुकम्मल होने से फिर इसमें डिस्कस कर रहे हैं जी। माशाल्लाह जी, जी मैं शुरू करता जी माशाल्लाह। और आज दी जड़ी शान अच्छा सा कबूतर तो दिखाएं, दिखांदे जी दिखांदे, मैंने थोड़ा बजा लेने एक बार जी पहला जी पता ए आल जी बाद जी ए आल जी ਤੇ ਸ਼ਾਮ ਜੀ ਇੱਥੇ ਲਿਆ ਦੇ ਮਲਕ ਸਾਹਿਬ ਠੀਕ ਹੋ ਗਿਆ ਠੀਕ ਹੋ ਗਿਆ। ਇਹਦਾ ਮਤਲਬ ਇਹ ਹੈ ਜੀ ਦੋਸਤੋ ਟੋਬੇ ਮੌਜੂਦ ਆ ਜੀ। ਅੱਜ ਪਹਿਲਾਂ ਅਪਡੇਟ ਕੀਤਾ ਸੀ ਪਾਕਿਸਤਾਨ ਦੇ ਨਾਮਵਰ ਉਸਤਾਦ ਉਸਤਾਦ ਸਫਤਰ ਬਾਜਵਾ ਫਖਰੇ ਗੁਜਰਾਂਵਾਲਾ ਦੇ ਨਾਲ ਅਸੀਂ ਤੁਹਾਡੀ ਛੋਟੀ ਜੀ ਇੱਕ ਟੇਬਲ ਟਾਕ ਵੀ ਹੋਏਗੀ ਅਤੇ ਨਾਲ ਨਾਲ ਸ਼ੌਕ ਵੀ ਹੋਏਗਾ ਇਨਸ਼ਾਅੱਲਾ ਤਾਲਾ। ਜ਼ਬਰਦਸਤ ਤਰੀਕੇ ਨਾਲ ਜੀ ਮਾਸ਼ਾਅੱਲਾ ਸ਼ੌਕ ਦੀ ਤਿਆਰੀਆਂ ਜਾਰੀ ਹੈ ਜੀ। ਔਰ ਬੇਬੀ ਪਿਜਨ ਦਾ ਟੂਰਨਾਮੈਂਟ ਮੁਕਾਮੀ ਵੀ ਹੋ ਰਹੇ ਨੇ ਕੁਝ ਟੋਬੇ ਦੇ ਹਵਾਲੇ ਨਾਲ, ਇਹਦੇ ਨਾਲ ਨਾਲ ਹੀ ਹੋ ਰਹੇ ਨੇ ਟੋਬਾ ਚੰਗ ਸ਼ੋਰਕਟ ਗੁਜਰਾ ਕੱਪ ਜਿਹੜਾ ਹੋ ਰਿਹਾ ਚਾਰੋਂ ਦਾ ਨੇ ਮੇਰਾ ਖਿਆਲ ਸ਼ਾਇਦ ਉਹਦੇ ਵਿੱਚ ਵੀ ਅਸੀਂ ਇਹਨਾਂ ਦੀ ਪਾਰਟੀਸਪੇਸ਼ਨ ਹੈ, ਇਹਨਾਂ ਨਾਲ ਥੋੜ੍ਹੀ ਗੁਫਗੂ ਵੀ ਕਰਾਂਗੇ। ਅਤੇ ਅੱਜ ਤਾਂ ਮੈਂ ਮੇਰਾ ਤਾਂ ਮਕਸਦ ਸਿਰਫ ਅੱਜ ਆਉਂਦਾ ਇਹ ਜੀ ਕਿ ਇੱਕ ਤਾਂ ਛੋਟੀ ਜਿਹੀ ਗੁਫਗੂ ਹੋ ਜਾਵੇ ਸਾਰੇ ਮੌਤਰ ਨਾਲ ਮੁਲਾਕਾਤ ਹੋ ਜਾਵੇ ਅਤੇ ਨਾਲ ਜਿਹੜਾ ਨਾ ਕੋਈ ਕੋਈ ਐਸਾ ਕੋਈ ਲਿਆ ਜਾਏ ਉਹਨਾਂ ਕੋ ਨੌਲੇਜ ਜਿਹਦੇ ਨਾਲ ਮੇਰੇ ਦੋਸਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋ ਜਾਏ। ਮਕਸਦ ਆਉਣ ਦਾ ਸਿਰਫ ਇਹ ਹੁੰਦਾ ਕਿ ਉਸਤਾਦਾਂ ਨਾਲ ਗੱਲ ਕਰਕੇ ਉਹਨਾਂ ਕੋਈ ਐਸੀ ਗੱਲ ਕਰਵਾਈ ਜਾਏ ਕਿ ਜਿਹਦੇ ਨਾਲ ਮੇਰੇ ਜਿਹੜੇ ਦੋਸਤ ਵੀਵਰਸ ਨੇ ਉਹਨਾਂ ਨੂੰ ਕੋਈ ਫਾਇਦਾ ਪਹੁੰਚੇ, ਠੀਕ ਹੈ ਜੀ। ਬਾਕੀ ਹੈ ਜਿਹੜਾ ਬਰਡ 'ਤੇ ਆ ਜਾ ਕੇ ਉਹੀ ਨੇ ਗੁਫਤਗੂਆਂ ਵੀ ਸਾਰੀਆਂ ਉਹੀ ਨੇ ਜੀ। ਡੇਂਗਾ ਪਿਜਨ ਨੂੰ ਵੈਲਕਮ ਕਰਦੇ ਹਾਂ ਜੀ, ਚਾਂਦ ਭੱਟ ਸਾਹਿਬ ਨੂੰ ਵੈਲਕਮ ਕਰਦੇ ਹਾਂ ਜਨਾਬ। ਦੋਸਤਾਂ ਨੂੰ ਅਪਡੇਟ ਕਰਦਾ ਚੱਲਾਂ ਕਿ ਮੈਂ ਟੋਬੇ 'ਚ ਸਖ ਮੌਜੂਦ ਹਾਂ ਜੀ, ਚੌਧਰੀ ਅਕਮਲ ਦੀ ਛੱਤ ਦੇ ਉੱਤੇ ਜੀ, ਜਿੱਥੇ ਸਤਾ ਸਫਦਰ ਬਾਜਵਾ ਸ਼ੌਕ ਇਨਸ਼ਾਅੱਲਾ ਤਾਲਾ ਕਰਨਗੇ ਇਸ ਸੀਜ਼ਨ ਦਾ ਜੀ। ਯਕੀਨਨ ਪਾਕਿਸਤਾਨ ਦਾ ਫਖਰ ਨੇ ਜੀ, ਗੁਜਰਾਂ ਵਾਲੇ ਦੀ ਸ਼ਾਨ ਨੇ ਜੀ, ਔਰ ਬਹੁਤ ਅੱਛੇ ਕਬੂਤਰ ਪ੍ਰਾਣਾਂ 'ਚ ਉਹਨਾਂ ਦਾ ਸ਼ੁਮਾਰ ਹੁੰਦਾ। ਉਹਨਾਂ ਵੱਲੋਂ ਜਿਹੜੇ ਆਏ ਨੇ ਭਾਈ ਅਕਮਲ ਨੂੰ ਕਬੂਤਰ, ਉਹਨਾਂ ਦਾ ਤੁਸੀਂ ਸ਼ੌਕ ਕਰਦੇ ਪਏ ਆ ਸਕਦੇ ਮੇਰੇ ਨਾਲ ਜੀ। ਇਹ ਦੇਖੋ ਜੀ ਅੱਜ ਵਾਲਾ ਬਰਡ ਮੈਨੂੰ ਬਹੁਤ ਅੱਛਾ ਨਜ਼ਰ ਆਇਆ ਜੀ। ਜੀ ਚੰਦ ਭੱਟ ਸਾਹਿਬ ਵੈਲਕਮ ਹੋ ਗਿਆ ਜੀ। ਰਾਸ਼ਦ ਭਾਈ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਨਾਲ ਆਏ ਹੋ ਜੀ। ਅਬੂ ਬੱਕਰ ਸਾਦਕ ਆਇਆ ਜੀ, ਵੈਲਕਮ ਹੈ ਅਬੂ ਬੱਕਰ ਭਾਈ, ਕੀ ਹਾਲ ਹੈ, ਠੀਕ ਹੋ ਜੀ। ਜੀ ਮੈਂ ਸਟਾਰਟ ਕਰਾਂਗਾ ਜੀ, ਮੈਂ ਕਹਿੰਦਾ ਕੁਝ ਦੋਸਤਾਂ ਦੇ ਨਾਲ ਗੁਫਤਗੂ ਵੀ ਕਰੀਏ ਅਤੇ ਨਾਲ ਨਾਲ ਜਿਹੜਾ ਨਾ ਜੀ। ਮਲਕ ਸ਼ਵੇਜ਼ ਅਵਾਨ ਵੈਲਕਮ ਜੀ ਫੈਸਲਾਬਾਦ ਤੋਂ ਜੀ। ਜੀ ਮੀਆਂ ਪਿਜਨ ਜੀ ਵੈਲਕਮ ਹੋ ਗਿਆ ਜਨਾਬ ਤੁਹਾਡਾ ਜੀ। ਇਹ ਦੇਖੋ ਜੀ ਇੱਕ ਬਰਡ ਮੈਨੂੰ ਬੜਾ ਖੂਬਸੂਰਤ ਲੱਗਾ ਜੀ, ਇਹ ਦੇਖੋ ਇਹਦਾ ਸਟਾਈਲ ਅਤੇ ਅਲੱਦਾ ਤੋਂ ਹੀ ਹੈ ਮਾਸ਼ਾਅੱਲਾ, ਕਿਆ ਬਾਤ ਹੈ। ਇੱਕ ਇਹ ਵੀ ਬਹੁਤ ਖੂਬਸੂਰਤ ਬਰਡ ਹੈ ਜੀ ਮਾਸ਼ਾਅੱਲਾ। ਲਓ ਜੀ ਨਾਲ ਨਾਲ ਅਸੀਂ ਥੋੜ੍ਹਾ ਗੁਫਤਗੂ ਵੀ ਕਰਾਂਗੇ ਅਤੇ ਵਿੱਚ ਨਾਲ ਕੋਈ ਮਜ਼ੇ ਵੀ ਲਵਾਂਗੇ ਜੀ। ਪਾਕਮਲ ਵੀ ਸਾਡੇ ਕੋਲ ਹੈ ਜੀ, ਉਸਤਾਦ ਮੋਹਤਰਮ ਵੀ ਸਾਡੇ ਨਾਲ ਆ ਗਏ ਹੋਏ ਨੇ ਜੀ। ਪਤਾ ਨਹੀਂ ਅੱਜ ਲੜਦੇ ਨੇ ਜਾਂ ਕੁਝ ਵੀ ਕਰਦੇ ਨੇ, ਮੈਂ ਤਾਂ ਆਪਣਾ ਕੰਮ ਕਰਨਾ ਕਰਨਾ ਜੀ। ਮੈਂ ਤਾਂ ਸਵਾਲੋ ਜਵਾਬ ਜਿਹੜੇ ਨਾ ਉਹ ਜਾਰੀ ਰੱਖਣੇ ਨੇ, ਕਿਉਂਕਿ ਸਵਾਲੋ ਜਵਾਬ ਕਰਾਂਗੇ ਤਾਂ ਇਹਨਾਂ ਕੋਲ ਕੁਝ ਮਿਲਣਾ ਮਿਲੇਗਾ ਨਾ, ਸਿੱਖਣ ਦਾ ਮੌਕਾ ਮਿਲੇਗਾ। ਹਾਂਜੀ ਜਿੰਨੇ ਮਰਜ਼ੀ ਆਵਾਜ਼ਾਰ ਹੋਣ ਜੀ, ਲੇਕਿਨ ਅਸੀਂ ਫਿਰ ਸਾਡਾ ਕੰਮ ਜਿਹੜਾ ਉਹ ਜਿਹੜਾ ਹੈਗਾ ਅਸੀਂ ਤਾਂ ਕਰਦੇ ਰਹਿਣਾ ਜੀ। ਦੇਖੋ ਜੀ ਜਿਹੜੀ ਭਾਈ ਗੱਲ ਹੈ, ਅੱਜ ਦੇਣ ਹੁਣ ਦੇਣ ਲਈ ਤੁਸੀਂ ਸਾਰਾ ਸਿਆਲ ਬੜੇ ਝੂਠ ਬੋਲਦੇ ਨੇ, ਹੁਣ ਆ ਗਿਆ ਟਾਈਮ ਸੱਚ ਕਰਨ ਦਾ ਰੌਣਕਾਂ। ਮਾਸ਼ਾਅੱਲਾ ਅੱਲਾਹ ਪਾਕ ਦੀ ਜ਼ਾਤ ਨੇ ਜਿਹੜੀਆਂ ਸਾਡੇ ਨਸੀਬਾਂ 'ਚ ਲਿਖੀਆਂ ਨੇ। ਸਮੁੰਦਰੀ ਤੋਂ ਟੋਬੇ ਦਾ ਸਫ਼ਰ ਸਿਰਫ ਇਸ ਲਈ ਕੀਤਾ ਗਿਆ ਕਿ ਇੱਕ ਤਾਂ ਉਸਤਾਦ ਮੋਹਤਰਮ ਨਾਲ ਗੁਫਤਗੂ ਦਾ ਸਿਲਸਿਲਾ ਹੋ ਜਾਏ ਅਤੇ ਨਾਲੇ ਸ਼ੌਕ ਦੇ ਹਵਾਲੇ ਨਾਲ ਕੋਈ ਹੋ ਜਾਏ, ਲੇਕਿਨ ਅਸਲ ਮੇਰਾ ਮਕਸਦ ਆਉਂਦਾ ਇਹ ਸੀਗਾ ਕਬੂਤਰ ਤਾਂ ਤੁਸੀਂ ਆ ਜਾ ਕੇ ਦੇਖਦੇ ਹੀ ਹੋ ਜਿਹੜੇ ਉਹ ਆ ਉਹੀ ਹੁੰਦੇ ਨੇ, ਇੱਥੇ ਵੀ ਇਹ ਹੈ, ਲਾਹੌਰ ਵੀ ਇਹ ਹੈ, ਪਿਸ਼ੌਰ ਵੀ ਇਹੀ ਹੈ, ਲੇਕਿਨ ਇਹ ਹੈ ਕਿ
कुछ सीख लीए कोई एक अद्धा पिन पॉइंट लवेंगे अज और थोड़ी डिबेट करके ना वाइंड अप कर लेंगे। उस्ताद मोहतरम एक सैट टोबे तुम तशीफ लिया जी तो बहुत शुक्रिया सानू भी ज्यादा मौका मिल गया जी। गुजराले की शान ने जी फखरे पाकिस्तान ने जी चैंपियन ने उत्थे जी गुजराले के और जिन्हें कि अल्लाह पाक ने इज्जत इन्हों पाकिस्तान दी है इस तरह ही अल्लाह पाक की जात ने इन्हों बैरूने मुल्कों के भी अक्सर दौरे जारी रहते हैं मेरे भरा दे। फिर सब तो अच्छी गल है कि गुजरां वाले बड़िया शौक के हवाले फौकीयत हासिल ने जी और कि कबूतरबाजी कब जी गुजराले की हमेशा ही बहुत टॉप ऑफ द लिस्ट रही है जी। उस्ताद मोहतरम शौक के हवाले असं जो भी गुफ्तगू की है ना कुछ सीखने की कोशिश की है। कबूतर जोड़े मैं देख के आया थोड़े को भाई कमल की छत उत्ते आए हुए माशाला अल्लाह पाक इज्जत इजाफा करे तुम इस सीजन ता बहुत अच्छा रहे पर बाजी या किस टाइम कुछ भी होंगे ये मुतलक असं कुछ डेफिनेटली कोई बयान नहीं दे सकते लेकिन अज के हवाले मैं सिर्फ ये चाहवागा कि सानू ना कोई अपने पसंदीदा कबूतर का कोई शौक करवाओ जी तो नाल साडा कोई छेड़ाछाड़ी जी वो जारी रहे तो और फिर असी ना थोड़ा जहा मैं पर हवाले गुफ्तगू कर लो जी भाई अकमल ज उस्ताद मोहतरम तुम रखना थोड़ा इतने इतने आओ ताकि चेहरा ज्यादा पा जाए हाँ ठीक हो गया बहुत हाला हो गया आया वे कश्मीर दरा सामने ठीक जी। उस्ताद मोहतरम जी शौक का असं आगाज करते हैं जी कुछ मेरे नाल व्यूवर्स जो आ गए ने वेलकम करते सारे दोस्तों जी जी। उस्ताद मोहतरम साहब मोहतरम जरा कबूतर हूँ मंगाया मेरा एक फरमायश के उत्ते पसंदीदा कबूतर होएगा क्योंकि मैं तुम्हें कहा कि अपनी पसंद का कबूतर मैं दिखाओ को जी जी बिल्कुल ना जी डब वाला कबूतर है डब वाला जी ठीक हो गया मेरे शौक का कबूतर है ता ही दाना पै खा माशाला जी माशाला इन्हें अखा मैं प्रॉपर दिखा दे हाले जी पहले मैं पूरी अख दिखाओ जी ताकि मेरे दोस्त जड़े ना वो थोड़े तो पसंदीदा कबूतर तो भरपूर फायदा उठान के साथ किदा के कबूतर पसंद करते हैं। लो जी उस्तादा के पसंदीदा कबूतर जी डब वाला है जी जी उस्ताद जी जी ठीक है जी मेरा ख्याल क्लीयर हो गया जी 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 आ जी फुल व्यू जी देखो जी तुम जी इसका स्ट्रक्चर मैं तुम्हें मुकम्मल दिखावगा अच्छ जिन्ना तुम्हें मज़ा आएगा जी। देखो जी जेडे बर्ड उस्ताद पसंद करते हैं उन्होंने यकीनन कुछ ना कुछ तो खास होंगे है ना ये तो डिबेट भी आप करते हैं देखने तो बाद इन्होंने पढ़ भी देख लीए पहले जी उस्ताद मोहतरम क्या बात है उस्ताद जी रखो एक मिनट का कैसे रखो लो जी साढ़े कुछ दोस्त इन पर बड़ी बहस करते होंगे ने देख लो जी जोड़े उस्तादों कबूतर के पर पसंद ने कबूतर जोड़े पसंद ने अच्छा उस्ताद जी ये पर कबूतर के चौड़े ने डब वाले दे यानी कि असं प्योर कबूतर देखते हैं पे इस टाइम यहाँ पर चौड़ा नहीं होगा पिछले पैर की परवाज नहीं करेगा तो पिछले पैर की परवाज वो ही करता है जिन्हें बुलंदी करनी है जी ठीक हो गया पहला पर तेज होना चाहिए कबूतर का बाकी सारे गोल फेरिया के चौड़े पार होने चाहिए। साहब राणा तो मेरे तो पहला ही सारा कुछ दसता पहला मेरे लड़ते पे सन तो कहते दसना कुछ नहीं अच्छी लेकिन झटके सारा कुछ दसता कबूतर जी आज शेप होगी ना जी साहब जी एक कबूतर 12-14 घंटे काम करे प्रवास करे इस पर की गल हो रही है मैं इस चीज करना जी बिल्कुल जी बिल्कुल शेप का किसी भी नस्ल एक कबूतर हो सील है जी 12-14 घंटे करेगा हाई फ्लाई कबूतर जड़ा हां जी ये जी टीली जी कनाल दा है जी ताकत भेज लो हां जी बिल्कुल मैं देता हूं प्यारी और भेज लो बिल्कुल जी सही है। अच्छा दोस्तों आया टीली दा बड़ा जिक्र आंदा जी अक्सर गुजरा वाले दे हवाले नाल असा जी थोड़ा खोल दे टीली दिखा दिए थोड़ी जी दिखा दो जी दिखा दो दिखा दिए उस्ताद जी दिखा ला दो ये तोड़ा जिक्र खैर इदा ही होना जे जेड़े जेड़े अपने नाल लेके चले गए उनां दा कोई जिक्र नहीं होंदा जी पा के रखे ते जिक्र की सुनाएगा ए लो जी बाबा जी ए देख लो जी एक तो स्ट्रक्चर देखो जी पर शेप देखो पर जिन्होंने को साडे बुजुर्ग छुरा पर भी फरमा गए ने जी मतलब हां जी उस्ताद जी यही है ना मेरा उस्ताद कहिंदा ही दूजे दा मन्ने वाला साडे उस्ताद भी यही कहंदे सी ताडे ते साडे उस्ताद चूंकि एक ही ने पिछों हसम नसब ते एक ही है ना सारा जी बिल्कुल लो जी छुरे परां दा ही कमाल है जी
लेकिन अज जी सारे मुस्लिम ने जी गल की है ना, ये एक होर भी गल सुननी चाहिए जी कि बार सीधा नजर आना चाहिए जी। उस्ताद जी ये भी कोई गल है जी, दसांगा अपने शागिर्दां दोस्तां नूं दस के मैं थक गया। ठीक हो गया जी, ये मतलब फिर तुहाडे कोल जी मिठाई जी जी डली रखी होंगी तुसीं वो फिर मैं खा लवां हुणे फिर? हाँ जी बिलकुल, सुना तुसीं जिहड़े ना खाधी होंदी है तुसीं खाधी होंदी है। सही गल है। अच्छा जी साहब जी, ये जरा हुण तुसीं ए डब वाले तो मुराद इहदे ए डब्बां दी वजह तो डब कहिंदे ने जी? हाँ जी जी, इहदे कछ दे जिहड़े पर आउंदे ने छवेद काले परां च। अच्छा साहब जी, मैं एक दोस्तों के नॉलेज वास्ते तुसीं खोलियो दोबारा पर जिहड़ा ये ना जी मैं देखदा जी, बाबा सार को ना एक दफा मैं बैठा सी कसूर, उन्होंने को एक कबूतर काफ़ी तादाद में पे सन, लेकिन उन्होंने पर एक अद्धा नजर आता सी बका सारे पले जो सलाइया दी सी उन्होंने खा दे कमगर आते हैं कमगर बेसिकल कबूतर बने। अच्छा एक डब वाले कबूतर बेसिकली बने कमगर चो ने? हाँ जी। अच्छा वो इसलिए उन्होंने कमगर कहते हैं? कमगर भी दौर आदर से छेड़ से कबूतर हस रहे जो उन्होंने कंट्रोल करने लिए उन्होंने क्रॉस किए। ठीक ठीक, वो वैसे उन्होंने डब वाले कहें सो अच्छा। अच्छा जी उस्ताद जी, ये अज मैं ना तेरे नाल मेरे दोस्त जेड़े मेरे नाल बादशाह नहीं ठहर जा ले मेरे को थे ना इदा ना करो नहीं तेरे दोस्तों ਨੂੰ ਅਸੀਂ ਸਾਰਾ ਕੁਝ ਦੱਸੀ ਜਾਈਏ ਤੁਹਾਡੇ ਨਾਲ ਪਿਆਰ ਕਰਨ ਵਾਲੇ ਆ ਜੀ ਸਾਰੇ ਦੇਖੋ ਤੁਹਾਡੇ ਨਾਲ ਪਿਆਰ ਕਰਦੇ ਤੁਹਾਡਾ ਮੁਹੱਬਤ ਕਰਦੇ ਯਾਰ ਮੈਂ ਨਾ ਲੋਕਾਂ ਬੜਾ ਕੀਤਾ ਹੈ। ਦੇਖੋ ਜੀ ਉਸਤਾਦ ਜੀ, ਮੈਂ ਇੱਕ ਇੱਥੇ ਨਾ ਛੋਟੀ ਜਿਹੀ ਕਰਜ਼ ਕਰਦਾ ਕਿ ਦੁਨੀਆ ਤੇ ਜਿਨ੍ਹਾਂ ਦਾ ਜ਼ਿਕਰ ਖੈਰ ਅੱਜ ਤੱਕ ਜਿਹੜਾ ਰਿਹਾ ਹੈ ਨਾ ਜਾਂ ਰਹਿਣਾ ਜਿਹੜਾ ਉਹ ਉਹਨਾਂ ਦਾ ਰਿਹਾ ਜਿਹੜੇ ਖੈਰ ਵੰਡ ਕੇ ਗਏ ਆ ਤੇ ਜਿਨ੍ਹਾਂ ਨੇ ਖੈਰ ਨਹੀਂ ਵੰਡੀ ਉਹਨਾਂ ਦਾ ਜ਼ਿਕਰ ਅੱਜ ਤੋਂ ਬਾਅਦ ਤੁਸੀਂ ਸੁਣੋਗੇ ਵੀ ਨਹੀਂ ਕਦੀ ਵੀ ਔਰ ਉਹ ਬਿਲਕੁਲ ਖਤਮ ਹੋ ਜਾਣਗੇ ਸਾਰੇ ਕਿਉਂਕਿ ਹਵਾਲੇ ਨਾਲ ਗੁਫਤਗੂ ਹੁੰਦੀ ਜਦੋਂ ਵੀ ਹੁੰਦੀ ਹੈ। ਅੱਛਾ ਉਸਤਾਦ ਜੀ, ਜਿਹੜਾ ਨਾ ਪਰ ਮੈਂ ਦੇਖ ਕੇ ਹਟਿਆ ਜਿਹੜਾ ਪਰ ਮੈਂ ਦੇਖ ਕੇ ਹਟਿਆ ਜੀ, ਇਹਦੇ 'ਚ ਤੀਲੀਆਂ ਦਾ ਵੀ ਜ਼ਿਕਰ ਆਇਆ, ਇਹਦੇ 'ਚ ਛੁਰਿਆਂ ਦਾ ਵੀ ਜ਼ਿਕਰ ਆਇਆ, ਬੱਚਿਆਂ ਦਾ ਵੀ ਜ਼ਿਕਰ ਆਇਆ ਅੱਜ ਉਸਤਾਦ ਮੁਹਤਰਮ, ਜਦੋਂ ਅਸੀਂ ਇਹਨਾਂ ਨੂੰ ਤੇਜ਼ ਕਰਦੇ ਹਾਂ ਇਹਨਾਂ ਨੂੰ ਕ੍ਰਾਸ ਦੇਣ ਵਾਸਤੇ ਅਸੀਂ ਲੰਬੀਆਂ ਪਰਵਾਦਾਂ ਲੈਣ ਵਾਸਤੇ, ਕਿਆ ਆਇਆ ਇੱਦਾਂ ਲੰਬੀਆਂ ਪਰਵਾਦਾਂ ਨਹੀਂ ਮਿਲਦੀਆਂ ਇਹਨਾਂ ਦੀਆਂ? ਇਹਨਾਂ ਪਰਾਂ ਦੇ ਵਿੱਚ ਕਿਉਂ ਨਹੀਂ ਮਿਲਦੀਆਂ? ਮਿਲਦੀਆਂ, ਹਰ ਇਨਸਾਨ ਦਾ ਆਪਣਾ ਆਪਣਾ ਸ਼ੌਕ ਹੈ, ਪਰਾਂ ਦਾ ਹੋਵੇ, ਅੱਖ ਦਾ ਹੋਵੇ, ਜੋੜ ਦਾ ਹੋਵੇ, ਦਮ ਹਰ ਇਨਸਾਨ ਦਾ ਆਪਣਾ ਆਪਣਾ ਸ਼ੌਕ ਹੈ, ਕਿਸੇ ਕਬੂਤਰ ਕੋਈ ਚੀਜ਼ ਪਸੰਦ ਆ ਜਾਏ ਜੀ ਠੀਕ ਹੋ ਗਿਆ, ਲੇਕਿਨ ਜਿਹੜੀਆਂ ਚੀਜ਼ਾਂ ਮੈਂ ਫਸਲ ਮਾਲਾ ਹਾਂ ਬਹੁਤ ਜ਼ਿਆਦਾ ਪਰਿਵਾਰ ਵਾਲੇ ਕਬੂਤਰ ਇਸਤੇਮਾਲ ਕਰਦੇ ਰਹੇ ਟਾਈਗਰ, ਉਹਨਾਂ ਦੀ ਨਾ ਹਰ ਸ਼ੈ ਨਾ ਫਿਨਿਸ਼ਿੰਗ ਵਾਲੀ ਹੋਈ। ਠੀਕ ਹੋ ਗਿਆ ਠੀਕ ਹੋ ਗਿਆ, ਕਦੀ ਦੋ ਪਰ ਦਾ ਕਬੂਤਰ ਸ਼ਾਮ 'ਤੇ ਕਦੇ ਪਰਿਵਾਰਾਂ ਮੁਸਲਸਲ ਨਹੀਂ ਕਰੇ, ਹਮੇਸ਼ਾ ਉਹ ਹੀ ਕਰੇਗਾ ਜਿਹੜੇ ਦੋਵਾਂ ਪਾਸੇ ਇੱਕ ਜੈਸੇ ਪਰ, ਯਕੀਨਨ ਬੈਲੈਂਸ ਆਏਗਾ ਨਾ ਉਹਦਾ ਜੀ। ਬਾਹਰ ਦਾ ਪਰ ਛੁਰੇ ਤੋਂ ਸਭ ਤੋਂ ਵੱਡੀ ਗੱਲ ਚੀਰੀ ਦੇ ਵਿੱਚ ਆਇਲ ਹੋਣਾ ਚਾਹੀਦਾ, ਹੱਥ ਨਵੀਂ ਗੱਲ ਕਰਤੀ ਜੀ ਅੱਜ ਆਇਲ ਹੋਣਾ ਚਾਹੀਦਾ, ਉਹ ਵੀ ਜਿਸ ਪੈਂਦਾ ਹੈ ਅਤੇ ਜਿਹੜੀ ਤੀਰੀ ਖੁਸ਼ਕ ਹੁੰਦੀ ਹੈ ਨਾ ਉਹ ਵੀ ਜਿਸ ਪੈਂਦੀ ਹੈ, ਸਿਰਫ ਵੇਖਣ ਵਾਲੀ ਅੱਖ ਹੋਣੀ ਚਾਹੀਦੀ। ਹੁਣ ਤੁਸੀਂ ਫਿਰ ਮੇਰੇ ਨਾਲ ਲੜ ਪਾਓਗੇ, ਤੁਸੀਂ ਕਹੋਗੇ ਜੀ ਹੁਣ ਮੈਂ ਆਇਲ ਦਾ ਵੀ ਜ਼ਿਕਰ ਕਰਤਾ ਅਤੇ ਉਹਦਾ ਵੀ ਮੈਂ ਹੁਣ ਮੈਂ ਕਿੱਦਾਂ ਸਮਝਾਵਾਂ ਜੀ, ਅਤੇ ਉਹ ਵੀ ਉਹਦੇ ਵਾਸਤੇ ਵੀ ਕੋਈ ਮਿਠਾਈ ਡਬਲ ਖਾਣੀ ਪੈਂਦੀ ਫਿਰ? ਨਹੀਂ ਡਬਲ ਨਹੀਂ ਖਾਣੀ ਪੈਂਦੀ, ਖਿਦਮਤ ਹੀ ਕਰਨੀ ਪੈਂਦੀ, ਖਿਦਮਤ ਕਰਨੀ ਪੈਂਦੀ ਹੈ। ਦੋਸਤੋ ਅੱਜ ਦਾ ਜਿਹੜਾ ਨਾ ਜ਼ਿਕਰ ਆਇਆ ਜੀ ਇੱਕ ਆਇਲ ਦੇ ਮੁਤਲਕ, ਲੇਕਿਨ ਇਹਨੂੰ ਅਸੀਂ ਪੈਂਡਿੰਗ ਕਰਦੇ ਹਾਂ ਇਸ ਮਾਮਲੇ ਨੂੰ, ਕਿਉਂਕਿ ਜਿਹੜਾ ਇਹ ਮੈਂ ਪਹਿਲੀ ਦਫਾ ਸੁਣਨ 'ਚ ਆਇਆ, ਲੇਕਿਨ ਇਸ ਤੋਂ ਪਹਿਲਾਂ ਮੈਂ ਇਸ ਤਰ੍ਹਾਂ ਨਹੀਂ ਸੀ ਦੇਖਿਆ, ਲੇਕਿਨ ਤਿੱਲੀ ਦੇ ਮੁਤਲਕ ਤਾਂ ਗੁਫਤਗੂ ਚੱਲਦੀ ਹੈ ਜੀ, ਔਰ ਇਹ ਨੈਕਸਟ ਜਦੋਂ ਅੱਲਾਹ ਪਾਕ ਮੁਹਤਰਮ ਨੂੰ ਬਹੁਤ ਜ਼ਿਆਦਾ ਇੱਜ਼ਤ ਦੇ ਇੱਥੇ ਇਸ ਛੱਤ ਦੇ ਉੱਤੇ, ਅਤੇ ਅਸੀਂ ਇਹ ਫਿਰ ਦੁਬਾਰਾ ਮੈਂ ਆਵਾਂ ਅਤੇ ਇਹ ਮੈਂ ਮਾਮਲਾ ਪੈਂਡਿੰਗ ਕਰਦਾ ਜੀ, ਔਰ ਉਦੋਂ ਫਿਰ ਇਹਨਾਂ ਨੂੰ ਢਾ ਲਵਾਂਗੇ ਆਪਾਂ ਰਲ ਮਿਲ ਕੇ, ਤਿੰਨ ਚਾਰ ਜਣੇ ਰਲ ਕੇ, ਅਤੇ ਫਿਰ ਇਹਨਾਂ ਕੋਲ ਆਪਾਂ ਗੱਲ ਪੁੱਛ ਲਵਾਂਗੇ। ਅੱਛਾ ਹਾਂ ਅਸੀਂ ਪੁੱਛ ਲੈਣਾ ਉਦੋਂ ਜੀ, ਅਸੀਂ ਉਦੋਂ ਪੁੱਛ ਲੈਣਾ ਜੀ। ਅੱਛਾ ਜੀ ਉਸਤਾਦ ਮੁਹਤਰਮ, ਕਿੰਨੇ ਕੁ ਘਰਾਂ ਨਾਲ ਇਸ ਟਾਈਮ ਸ਼ੌਕ ਜਿਹੜਾ ਨਾ ਪਾਕਿਸਤਾਨ ਸਾਰੇ 'ਚ ਕੁਝ ਫੈਸਲਾਬਾਦ ਵੀ ਹੋਇਆ? ਨਹੀਂ ਇਹ ਸ਼ੌਕ ਜਿਹੜਾ ਨਾ ਤੋਬੇ ਜੀ ਟਿਕਰੀ ਮਜ਼ਦੂਰ ਵਾਲੇ ਤੋਬਾ ਗੋਜਰਾ ਝੰਗ ਸਮੁੰਦਰੀ ਇਹ ਇੱਕ ਹੀ ਹੈ। ਨਹੀਂ ਫੈਸਲਾਬਾਦ ਦਾ ਵੀ ਵਿੱਚ ਤੋਂ ਨਾ ਫੈਸਲ ਨਾ ਹੋਇਆ ਜੀ? ਹਾਂਜੀ ਮੀਆਂ ਫੈਸਲ ਨਾਲ ਸ਼ੌਕ ਹੋਇਆ। ਹਾਂਜੀ ਹਾਂਜੀ, ਉਧਰੋਂ ਗੁਜਰਾਂ ਜੀ ਮੇਰੇ ਸ਼ਗੀਰਦਾਂ ਸ਼ੌਕ, ਉਹ ਤੇ ਮਾਸ਼ਾਅੱਲਾ ਤਗੜਾ ਸ਼ੌਕ ਉੱਥੇ ਤੇ ਹੋ ਚੁੱਕਿਆ ਹੈ ਜੀ, ਉੱਥੇ ਤੈਅ ਹੋ ਚੁੱਕਿਆ ਸਾਰਾ, ਕਿਉਂਕਿ ਮੌਸਮ ਸਾਥ ਨਹੀਂ ਪੈ ਦਿੰਦਾ ਇੱਥੇ ਹਾਲੇ ਚਿਕਰ। ਅਤੇ ਤੁਹਾਡੇ ਦਾ ਅਤੇ ਇੱਥੇ ਦਾ ਮੌਸਮ ਦਾ ਕਿੰਨਾ ਕੁ ਫਰਕ ਤੁਸੀਂ ਮਹਿਸੂਸ ਕਰਦੇ ਹੋ ਜੋ ਉਡਾਣ ਆਉਂਦੇ? ਫਰਕ ਹਰ ਇਲਾਕੇ ਦਾ ਨਾ 100 ਮੀਲ ਤੋਂ ਬਾਅਦ ਨਾ ਫਰਕ ਹੁੰਦਾ, ਫਰਕ ਆ ਜਾਂਦਾ, ਫਰਕ ਆ ਜਾਂਦਾ। ਇਸੇ ਤਰ੍ਹਾਂ ਦਾ ਮੌਸਮ ਜਿਹੜਾ ਥੋੜ੍ਹਾ ਨਾ ਮੁਕਤਰੀ ਹੋਏ ਹੈ ਮੇਰੇ ਵਾਸਤੇ ਜੇ ਮੁਕਤਰੀ, ਇਸੇ ਤਰ੍ਹਾਂ ਇਸੇ ਤਰ੍ਹਾਂ ਇਨਸ਼ਾ ਅੱਲਾ ਜੈਸਾ ਦੇਸ਼ ਵੈਸਾ ਵੇਸ, ਇਨਸ਼ਾ ਅੱਲਾ ਮੌਕਾ ਪੂਰਾ ਮਿਲਿਆ, ਟਾਈਮ ਪੂਰਾ ਮਿਲਿਆ। ਹਾਂਜੀ ਬਿਲਕੁਲ ਇਸੇ ਤਰ੍ਹਾਂ, ਮੈਂ ਆਪਣੇ ਆਪ ਨੂੰ ਇਹਦੇ 'ਚ ਮੌਸਮ ਐਡਜਸਟ ਕਰਾਂਗਾ ਇਨਸ਼ਾ ਅੱਲਾ ਇਨਸ਼ਾ ਅੱਲਾ। ਅੱਛਾ ਕਬੂਤਰ ਇੱਕ ਤੁਸੀਂ ਦਿਖਾਇਆ, ਹੁਣ ਤੁਸੀਂ ਸਾਨੂੰ ਨਾ ਇੱਕ ਕਬੂਤਰ ਸਾਨੂੰ ਹੋਰ ਦਿਖਾਵੋ ਜਿਹੜਾ ਖਾਸ ਤੌਰ 'ਤੇ ਤਲਕ ਗੁਜਰਾਂਵਾਲੇ ਨਾਲ ਹੋ ਰਿਹਾ ਹੋਵੇ, ਕਿਉਂਕਿ ਗੁਜਰਾਂਵਾਲੇ ਦੀ ਕਬੂਤਰਬਾਜ਼ ਦੇ ਹਵਾਲੇ ਨਾਲ ਪੂਰੇ ਪਾਕਿਸਤਾਨ 'ਚ ਜਦੋਂ ਬਹੁਤ ਲੋਕਾਂ ਦੇ ਕੰਮ ਕਬੂਤਰ ਉੱਡਦੇ ਸੀ, ਉਦੋਂ ਵੀ ਕਬੂਤਰ ਮਾਇਆ ਨਾਦ ਉੱਡਦੇ ਸੀ,
गुजरवाले का शौक डेली की परवादा होंदिया सी उदों जी, ते हुण ते खैर नग दी परवादा ने। इन्ने अच्छे कबूतर, इन्ने अच्छे बर्ड उस इलाके दे विच बहुत पहला आ गए सी। खास तौर पर मोतियां वाले का जिक्र उत्ते मिलता जी, फतेह मामा साहब जी सन, उस्ताद फतेह साहब जी, मेरे साथ मीर जुल्फकार नहीं जी, साढ़े उस्तादा के उस्ताद जोड़े से फतेह फतेह मामा साहब का शायद मेरा ख्याल। हाँ जी है ना जी, साढ़े वो जो नज़दीक साढ़े रहते हैं उधर। हाँ जी साहब बशीर सी मेरे साथ दा साथ। अच्छा अच्छा अच्छा, लेकिन मेरे साथ दा शजरा जड़ा ना साथ रजाक ना भी मिलता जाता। अच्छा रजाक साढ़े गुजरान एक टाइम आया सी, उधर बेचना पहले सादियाँ लिया शगिरियाँ लाहौरों करी जियाँ सियालकोट तो करी जियाँ। एक टाइम ऐसा आया कि उस्ताद मीर असगर जी उस टाइम पावरफुल उस्ताद सी। हाँ जी, तो उन्हें फैसला किया सब दोस्तों ने बिठा के, यार असीं ਬਾਹਰੋਂ ਜਾ ਕੇ ਸ਼ਗਿਰਦੀਆਂ ਕਰਨੇ ਆ, ਅਸੀਂ ਆਪਣੇ 'ਚ ਕਿਉਂ ਨਹੀਂ ਤਾਕਤ ਕਰਦੇ, ਆਪਣੇ 'ਚ ਯੂਨਿਟੀ ਹੋਏਗੀ। ਉਹਨਾਂ ਨਾਲ ਇੱਕ ਇਕੱਠ ਦੇ ਵਿੱਚ ਨਾ ਇਹਨਾਂ ਦਸਤਾਰ ਬੰਦੀਆਂ ਕੀਤੀਆਂ। ਅੱਛਾ, ਯਾਨੀ ਕਿ ਉਸਤਾਦ ਦੀ ਸ਼ਗਿਰਦੀ ਉੱਥੇ ਹੀ ਬਣਨੀ ਸ਼ੁਰੂ ਕੀਤੀ ਆਪਣੇ? ਉਸ ਤੋਂ ਬਾਅਦ ਇਹ ਕੰਮ ਦਾ ਮੇਰਾ ਹੈ ਕੋਈ 68-69 ਦੀ ਗੱਲ। ਮਾਸ਼ਾ ਅੱਲਾਹ। ਹੁਣ ਜੀ ਜੋ ਉਸਤਾਦ ਹੋਰਾਂ ਨੇ ਜੀ ਇੱਕ ਬਰਡ ਹੋਰ ਮੰਗਵਾਇਆ ਜੀ, ਦੇਖਦੇ ਹਾਂ ਜੀ ਅੱਜ ਇਹ ਕਿਹੜਾ ਸ਼ਾਹਕਾਰ ਆਇਆ ਜੀ। ਅਤੇ ਉਸਤਾਦ ਬੜੀ ਫਰਮਾਣਗੇ ਜੀ, ਰੋਸ਼ਨੀ ਪਾਉਣਗੇ ਅਸੀਂ ਜੀ ਕਿ ਕੀ ਹੈ ਜੀ ਇਸ ਚੀਜ਼। ਜੀ ਉਸਤਾਦ ਜੀ, ਜੀ ਯਾਰ ਜੀ ਇਹ ਸ਼ੇਖਾਨਾ ਬਲੱਡ ਹੈ, ਲਾਹੌਰ ਤੋਂ ਸ਼ੇਖਾਨਾ ਇਹਨੂੰ ਸੁਰਖ ਇੱਥੇ ਜਿਹੜੀ ਸੁਰਖੀ ਨਜ਼ਰ ਆ ਰਹੀ ਹੈ ਇਸ ਕਾ ਕਿਆ ਆਈਡੀਆ? ਹਾਂ ਜੀ ਇਸ ਵਾਸਤੇ ਸ਼ੇਖਾਂ ਤੋਂ ਮੁਰਾਦ ਸ਼ੇਖਾਂ ਇੱਕ ਸਿਆਲਕੋਟ ਵਾਲੇ ਵੀ ਨੇ ਜੀ। ਹਾਂ ਜੀ ਉਹਨਾਂ ਤੋਂ ਮੁਰਾਦ ਹੈ। ਅੱਛਾ, ਉਹੀ ਉਹ ਨਾਂ ਲਿਆ ਜੀ, ਉਹ ਬਲੱਡ ਪਿੱਛੋਂ ਉਹ ਹੀ ਹੈ। ਹਾਂਜੀ, ਅੱਗੋਂ ਇਹਨਾਂ ਦੇ ਵਿੱਚ ਨਾ ਫਿਰੋਜ਼ਪੁਰੀ ਪਰ ਸ਼ਾਮਿਲ ਕੀਤਾ ਜੀ। ਮਾਸ਼ਾ ਅੱਲਾਹ, ਠੀਕ ਹੋ ਗਿਆ, ਯਾਨੀ ਕਿ ਸ਼ੇਖਾਲਾ ਪਲੱਸ ਫਿਰੋਜ਼ਪੁਰੀ। ਹਾਂਜੀ, ਇਹ ਸਾਹ ਜੀ ਐਂ ਲੱਗਦਾ ਪਿਆ ਜਿਵੇਂ ਨਾ ਟੈਡੀ ਕਬੂਤਰ ਹੀ ਹੁੰਦਾ ਜਿੱਦਾਂ। ਹਾਂਜੀ, ਇਹ ਇੱਦਾਂ ਲੱਗਦਾ ਨਾ, ਕੋਈ ਟੈਡੀਆਂ ਜਿਹੜੇ ਫਿਰੋਜ਼ਪੁਰੀ ਦਾ ਪਾਰ ਹੈਗੇ, ਸਾਰਾ ਪਾਰ ਨੂੰ ਸਾਰੇ ਪਾਰ ਲਾਲ ਪਾਰ ਆਏਗਾ ਸਮਝੋ ਸ਼ੇਖਾਲਾ ਪਾਰ ਹੈ। ਅੱਛਾ ਜੀ, ਇਹ ਨਵੀਂ ਗੱਲ ਹੈ ਜੀ? ਨਹੀਂ ਨਵੀਂ ਨਹੀਂ ਹੈ, ਪੁਰਾਣੀ ਇੱਕ ਮੰਨੇ ਭਾਵੇਂ ਨਾ ਮੰਨੇ। ਹਾਂਜੀ, ਤੁਸੀਂ ਫਰਮਾ ਰਹੇ ਹੋ ਨਾ, ਕਿਉਂਕਿ ਇੱਦਾਂ ਬਿਆਨ ਨਹੀਂ ਨਾ ਹੋ ਰਿਹਾ, ਇੱਦਾਂ ਇੱਦਾਂ ਬਿਆਨ ਨਹੀਂ ਹੋ ਰਿਹਾ। ਕੋਈ ਵੀ ਬਿਆਨ ਹੈ ਕਿਸੇ ਦੀ ਮੁਖਾਲਫਤ ਨਹੀਂ, ਆਪਾਂ ਸਾਨੂੰ ਕੀ ਜ਼ਰੂਰਤ ਹੈ, ਸ਼ੌਕ ਦੀ ਗੱਲ ਪੁੱਛੀ, ਅਸੀਂ ਆਪਣੀ ਗੱਲ ਕਰਨੀ ਜੀ, ਸਾਨੂੰ ਕਿਸੇ ਦੇ। ਅੱਛਾ ਦੇਖੋ ਨਾ ਸਾਹ ਜੀ, ਇਹਦੀ ਸਾਰੀ ਝਾਲਰ ਵੀ ਆ ਰਹੀ ਹੈ ਜੀ, ਸੁਰਖੀ ਆ ਰਹੀ ਹੈ ਸਾਰੀ ਕੰਮ 'ਚ ਨਾ ਜੀ। ਇਹ ਸ਼ੇਖਾਂ ਦੇ ਅਤੇ ਵੈਸੇ ਉਹ ਜਿਹੜੇ ਦੂਜੇ ਚੂਹੇ ਵੀ ਰਿਆਜ਼ ਕੇ ਜਿਹੜੇ, ਹਾਂਜੀ ਇਹਨਾਂ 'ਚ ਨਹੀਂ ਆਉਣਾ ਚੂਹਿਆਂ ਛੂਹਿਆਂ ਦਾ ਕੋਈ ਚੱਕਰ। ਅੱਛਾ ਅੱਛਾ ਅੱਛਾ, ਸ਼ੇਖਾਂ ਨੇ ਜਿਹੜੇ ਕਬੂਤਰ ਪੈਦਾ ਹੋਏ ਨਾ ਉਹਨਾਂ ਦੇ ਕਾਲੇ ਮੂੰਹ ਵਾਲੇ ਕਬੂਤਰ, ਕਾਲੇ ਮੂੰਹ ਵਾਲੇ, ਉਹਨਾਂ 'ਚ ਤਰੀਖ ਇਹ ਦੱਸਦੀ ਜਿਹੜੀ ਮੈਂ ਉਹਨਾਂ ਬਜ਼ੁਰਗਾਂ ਸੁਣੀ, ਲਾਹੌਰ ਤੋਂ ਸ਼ਿਕਰੀ ਕਾਲੀ ਲਾਲ ਚੀਨੀ ਕਬੂਤਰੀ ਲਿਆਂਦੀ ਸੀ। ਜੀ ਜੀ, ਉਹਨਾਂ ਸ਼ਾਮਿਲ ਕੀਤੀ ਅਤੇ ਉਹਨਾਂ ਕਬੂਤਰਾਂ ਦੀ ਆਊਟ ਆਫ ਕੰਟਰੋਲ ਪਰਵਾਜ਼ ਹੋਈ, ਉਸ ਤੋਂ ਬਾਅਦ ਉਹਨਾਂ ਬਰੀਡਿੰਗ ਕਰ ਲਈ। ਕਿਆ ਬਾਤ ਹੈ, ਕਿਆ ਬਾਤ ਹੈ। ਅੱਛਾ, ਇਹਨਾਂ ਦੇ ਮਤਲਬ ਜਿਹੜਾ ਨਾ ਸ਼ੇਖਾਂ ਦੇ ਕਬੂਤਰਾਂ ਦੇ ਮਤਲਬ ਜਿਹੜੇ ਕਾਲੇ ਮੂੰਹ ਵਾਲੇ ਸਨ, ਉਹਨਾਂ ਦੇ ਮਤਲਬ ਇੱਕ ਹੋਰ ਵੀ ਸੁਣਿਆ ਗਿਆ, ਗਾਟੇ ਗਹਿਰੇ ਕਾਲੇ ਥੱਲੇ ਤੱਕ ਜਿਹੜੇ, ਠੀਕ ਹੈ ਨਾ, ਜਿੱਦਾਂ ਨਜ਼ਰ ਆ ਰਿਹਾ ਤਾਰਾ, ਅਤੇ ਜਾਮਨੀ ਭਾਫ ਦਿੰਦੇ ਸੀ ਸਾਨੂੰ, ਠੀਕ ਹੈ ਨਾ ਜੀ, ਇੱਦਾਂ ਹੀ ਟੋਪੀ ਜਿੱਦਾਂ ਸੁਰਖ ਜਿਹੜੀ ਸੀ। ਲੇਕਿਨ ਉਸਤਾਦ ਜੀ ਉਹਨਾਂ ਦੀਆਂ ਅੱਖਾਂ ਉਦੋਂ ਇੱਦਾਂ ਦੀ ਸੀ, ਸਾਫ ਸਾਦਾ ਅੱਖਾਂ ਦੇ ਸੁਣ ਦੇਖੇ ਗਏ, ਜਿਸ ਤਰ੍ਹਾਂ ਦਾ ਕਲਰ ਸੀ ਨਾ, ਹਾਂਜੀ ਉਸ ਤਰ੍ਹਾਂ ਦੀ ਅੱਖ ਆਉਂਦੀ ਸੀ ਉਹਨਾਂ ਦੀ। ਉਹ ਤਾਂ ਮਹਿਸੂਸ ਕਰਨ ਦੀ ਗੱਲ ਹੈ, ਕਿਸੇ ਨੂੰ ਪਤਾ ਹੋਵੇ ਕਿ ਚਿਹਰੀਆਂ ਅੱਖਾਂ ਕੰਮ ਕਰਦੀਆਂ, ਹਾਂਜੀ ਹਾਂਜੀ, ਅਤੇ ਫਿਰ ਹੀ ਉਹ ਗੱਲ ਕਰੇਗਾ ਜਿਸੇ ਵੇਲੇ ਕੀ ਹੋਏ, ਇਸੇ ਤਰ੍ਹਾਂ ਲੋਕ ਦਾ ਰੰਗ ਵੀ ਉਸੇ ਜਗ੍ਹਾ 'ਤੇ ਆਏਗਾ, ਅਤੇ ਪੰਜੇ ਦਾ ਵੀ ਰੰਗ ਉਸੇ ਜਗ੍ਹਾ 'ਤੇ ਆਏਗਾ, ਕੋਈ ਨਾ ਇਹ ਕਾਲਾ ਹੈ। ਹਾਂਜੀ, ਯਾਨੀ ਕਿ ਨਾਖੁਨ ਤੋਂ ਲੈ ਕੇ ਅਤੇ ਸਿਰ ਤੱਕ ਇਹਨਾਂ ਦਾ ਕੰਬੀਨੇਸ਼ਨ ਇੱਕ ਹੀ ਰਹਿੰਦਾ ਹੈ। ਹਾਂਜੀ, ਇਸ ਤਰ੍ਹਾਂ ਨਾ ਜੀ, ਉਹ ਵੀ ਜੇ ਕੋਈ ਨਸਲ ਦਾ ਕਬੂਤਰ ਨੇ, ਨੋਕ ਚਿੱਟੀ ਹੈ, ਪੰਜੇ ਕਾਲੇ ਨੇ। ਹਾਂਜੀ, ਉਹ ਤਾਂ ਫਿਰ ਰਲਿਆ ਮਿਲਿਆ ਹੋ ਗਿਆ ਨਾ ਸਿਲਸਿਲਾ ਸਾਰਾ, ਠੀਕ ਹੋ ਗਿਆ। ਅਤੇ ਲਓ ਜੀ, ਇਹਦੇ ਪੰਜੇ ਦੇ ਵੀ ਦਿਖਾਉਂਦੇ ਤੁਹਾਨੂੰ ਜੀ ਉਸਤਾਦ। ਇੱਕ ਨਾ ਦੋਸਤ ਨੇ ਗੱਲ ਕੀਤੀ ਸੀ ਉਸਤਾਦ ਜੀ ਕਾਲੇ ਮੂੰਹ ਵਾਲਿਆਂ ਦੇ ਮੁਤਾਲਕ ਜੀ, ਕਿ ਇਹਨਾਂ ਦੇ ਨਾ ਕਾਲੇ ਮੂੰਹ ਵਾਲੇ ਇਸ ਲਈ ਕਿਹਾ ਜਾਂਦਾ ਕਿ ਇਹਨਾਂ ਦੇ ਨਾ, ਇੱਕ ਮਿੰਟ ਸਾਹ ਜੀ, ਇੱਕ ਮਿੰਟ ਠਹਿਰ ਜਾਓ, ਤੁਹਾਡੀ ਮਿਹਰਬਾਨੀ ਨਾ, ਪਿਆਰੇ ਇੱਦਾਂ ਨਾ ਕਰਿਆ ਕਰੋ, ਇੱਦਾਂ ਨਾ ਕਰਿਆ ਕਰੋ। ਇਹਨਾਂ ਦੇ ਨਾ ਅੰਦਰ ਕੋਈ ਸਿਲਸਿਲਾ ਵੀ ਘੁੰਮਦਾ, ਕਾਲਾ ਕੁਲਾ ਜਾਂ ਸਿਲਸਿਲਾ ਇੱਦਾਂ ਦਾ? ਜਿਹੜੇ ਲੋਕ ਹਿੰਦੁਸਤਾਨ ਤੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਆਏ ਸਨ ਨਾ, ਉਹ ਲੈ ਕੇ ਗੱਲਾਂ ਤੋਂ ਸਵਾ ਕੁਝ ਵੀ ਨਹੀਂ ਸਨ ਆਏ, ਅਤੇ ਜੇ ਉਹਨਾਂ ਦਾ ਕੁਛ ਹੁੰਦਾ ਉਹਨਾਂ ਨੇ ਦੱਸਣਾ ਨਹੀਂ ਉਸਤਾਦਾਂ ਦਾ ਨਾ, ਅਤੇ ਕਿਸੇ ਦੇ ਪਲੇ ਕੁਛ ਪਿਆ ਹੁੰਦਾ। ਸਹੀ, ਇਹ ਮਾਜਨੇ ਕੀ ਗੱਲਾਂ, ਬੇਫਜ਼ੂਲ ਗੱਲਾਂ। ਅੱਛਾ, ਇਹਨੂੰ ਫਿਰ ਕਾਲੇ ਮੂੰਹ ਵਾਲੇ ਅਸੀਂ ਕਿਉਂ ਕਹਿੰਦੇ ਹਾਂ ਜੀ? ਇਹਨਾਂ ਦਾ ਕਲਰ ਹੈ, ਕਲਰ ਹੀ ਹੈ ਸੀਗਾ ਇਹਨਾਂ ਦੀ ਆ ਜਗ੍ਹਾ, ਅਜੀਬਾਂ ਦੇ ਵਿੱਚ ਵੜ ਜਾਓ। ਹਾਂਜੀ, ਇਹ ਵੀ ਠੀਕ ਨਹੀਂ ਹੈ, ਇਹ ਠੀਕ ਨਹੀਂ, ਇਹਨਾਂ ਲੋਕਾਂ ਦਾ ਪਾਕਿਸਤਾਨੀ ਦੇਸੀ ਬੰਦੇ ਦਾ ਦਿਮਾਗ ਖਰਾਬ ਕਰਕੇ ਆਪ ਦੁਨੀਆਂ ਤੋਂ ਚਲੇ ਗਏ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਲਓ ਜੀ ਉਸਤਾਦ, ਅਸੀਂ ਲੜ ਪਏ ਨੇ ਮੇਰੇ ਨਾਲ, ਕੋਈ ਗੱਲ ਨਹੀਂ, ਆਪਾਂ ਗੱਲਾਂ ਤਾਂ ਜਾਰੀ ਰੱਖਣੀਆਂ ਨੇ ਨਾ। ਉਸਤਾਦ ਜੀ, ਤੁਹਾਡੀ ਇਹਨਾਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਜੀ। ਮੇਰੇ ਨਾਲ ਮੇਰੇ ਬਹੁਤ ਪਿਆਰੇ ਦੋਸਤ, ਤੁਹਾਡੇ ਅਜ਼ੀਮ ਭਾਈ ਵੀ ਮੇਰੇ ਨਾਲ ਗੁਜਰਾਲ ਤੋਂ ਆਏ ਨੇ ਜੀ, ਤੁਹਾਡੇ ਤਾਂ ਬਹੁਤ ਖਾਸ ਨੇ ਮਾਸ਼ਾਅੱਲਾ ਜੀ।
ते उन्हां नूं वी असीं वेलकम करने आ जी। इधर आ पुत्तर पिछे, इधर आ अकमल भाई, इधर आ मेरे कोल यार आया। सुनिया आपां गपशप जिहड़ी करनी सी कर ली है, एक दो गल्लां हुण आयल रह गया मेरा जी, आयल दी शीशी जिहड़ा मैं आणा हुण इंशाल्लाह 1 किलो हो गया आयल। अच्छा जी, तू भी आयल पहलां वे को लेना कि जी क्या बात है जी। दोस्त जेड़े रा जी, उन्होंने दिलों से हाथ रखे जी, टका टक ठाडी गुफ्तगू तो बाद हो रहा है। हाँ जी अकमल भाई जी, माशाल्लाह जी। हाँ जी, हाँ जी अकमल भाई, की हाल जी? अकमल भाई ताड़ा भी बहुत शुक्रिया जी, तुसी छत सानू जो असं आने और सानू उस्ताद होर ना मिला देंगे, कोई ना कोई हस खेल लईद। अल्लाह पाक की जात एक मौका फराहम सानू कर देंगी है जी, कि चलो एक दोस्तों की इंटरटेन हो जाती है। कबूतर तो आ जाकर जो असं देखते हैं तकरीबन हूँ पूरे पाकिस्तान से हर छत से हर अच्छा कबूतर पिया हो, लेकिन एक अच्छे इंसान का नाल मिलना, अच्छे दोस्तों का नाल अपना बैठक करनी, ये बड़ा आजाद हों। तो साढ़े नाल फखरे पाकिस्तान फखरे गुजरान माशाल्लाह जी उस्ताद मोहतरम साढ़े नाल सन जी, बड़िया मिठिया मिठिया प्यार नाल असी दो चार गल्लां कर लिया ने। तो मेरा ख्याल जो दोस्त साढ़े नाल सीगे उन्हां दा शुक्रिया जी। मोहतरम उस्ताद सीनियर भी हो, साडे बुजुर्ग भी हो जी। फिर यह है कि यह एजाज जेडे ना अल्लाह पाक की जात ताडी वाह तो सानू दिंदी है जी, क्योंकि जे ताडे वर्गे माया नाज लोग इस दुनिया च ना हो जिन्होंने मेहनत कीतियां ने, मशक्त कीतियां ने, जेडे कुछ साडे तो गुजर गए ने, अल्लाह उन्हां दी भी रहमत उन्हां ते करे, जेडे साडे नाल मौजूद ने अल्लाह पाक उन्हां दी भी खैरां करे, उन्हां दा साथ रहेगा तो साडी गुफ्तगू दा साडा अंदाज रहेगा जी। हाँ जी, इदां ही है जी। मैं अपने भरा अकमल का भी बे इंतहा मशहूर हाँ जी, ते आ छोटा नाल केड़ा है जी, उस्ताद नाल शेरू जी, शेरू ते डंडा फेरू जी। हां जी चाचा शेरू डंडा फेरू जी, ए तुसी कहो साडे मुंह ना ना खो, असी कहने जनाब, असी कहने चाचा शेरू ने डंडा किदा ना रखे। ला जी इधर अपना काशी भाई भी सब मेनू नाल लेके आए ना जी, काशी भाई ने तोड़े आसरे सानू किड़ा ला देना। हां जी लगरा देंगे अज ते अच्छा है ना, जेन बना लिया जी, जेडी है ना जिसे आमद हुंदी है ते इथे रन कमला उदन खैर नहीं हुंदी, यानी कि ना निशान ला लिया। हां जी आए ने जी, इथे आने ना खुड्यां दे अंदर हुंदा है, यानी कि बुआ क्रॉस करके अंदर ते आने ना पूरा फिक्स कर लिया, फोकस कर लिया, दूर भी ला ली। बिल्कुल जी, कल एर को बच जानी बहादुरी, एर जी बहादुरी है जी। ए जनाब बाहर मेरा भाई है शकीत भी है जी, सर लाल जी जी भाई जी, वो आंदे जी ये काशी भाई बहुत अच्छे आदमी ने, ये खांदा पंजाब दे ने ते दुआवां कश्मीर नु देने, ए पंजाब ओ कहंदे ने फार्म नु ते कश्मीर कहंदे ने बेकरी नु, बेकरी नु कहंदे ने माल जेड़ा ना पंजाब दा खांदा है ते दुआवां चाचे अशरु नु देने, चाचे अशरु नु जाके देता जी। देखो जी ए ना मतलब बंदा सच्चा है, जिन्ना ना रवे देखो जी ताड़ा भी शौक पालदा पहला ताड़े को जांदे आंदे आ, बर्ड लाइफ दा जांदे आंदे आ जी, ताड़ा भी ख्याल करदा जी। देखो जी पूरा हुण देखो जी मेरे ताले वजे हुण देख लो जी, इन्होंने मैनूं दिखाता कबूतर, हुण मैं जाणा उत्थे जाके उत्थे गलबात होएगी, फलाना कबूतर आना चाहिए। हाँ जी फलाना मेरे बहुत चंगा लगा, जो सावरा है जो काले मुझे कबूतर। हाँ जी ठीक है, लो जी ताड़ा बहुत शुक्रिया साहब जी, कोई दोस्तों वास्ते पैगाम दे दो ते फिर वाइंड अप करिए। दोस्तों वास्ते पैगाम यही है कि बाद बाम रात बेहद फेम बात, अल्लाह हु अकबर, किसी भी शोबे इंसान ने को कामयाबी हासिल की है ना, किसी भी शोबे च पढ़ाई चो वे लड़ाई चो जाए शौक चो जाए किसी जानवर का भी शौक किसी ना किसी उस्ताद की रहनमई नहीं होंगी है। आज का ट्रेंड चल गया जी उस्ताद शगीदा दसते जी जी, मेरा ख्याल है कि अगर शगीदा के कोई ना है ना तो पिछले किसी ना किसी उस्ताद का नाम यकीन उस्ताद जी तारी गल सच्ची है, सच्ची बात, अपने उस्तादा की इज्जत करनी चाहिए, तो कोई भी उस्ताद ऐसा नहीं होता तो सारे ही जाना है। हाँ जी ते अपना इलम अपने शहीदां नूं दे के ही जांदा है, पहला मैं साबित कराओ कि कोई भी साथ चला गया दुनिया के उत्ते इलम किसी शहीद को जा रहे पुत्र को जा रहे को भाई को नहीं है। हाँ जी फला बंदा है वह तुर गया जी अपने नाल ही सारा कुछ रह गया, इस तरह गल सची है माशाल्लाह, गलत इशू चलता पे मीडिया के उत्ते। हाँ जी हर साथ का दिल कर रहा है मेरे वर्गा मेरा शहीद हो, अलहमदुलिल्लाह गिन लवो छोटे ने वड्डे ने शहर
मेरे जेड़े शहीद ने ना अपने अपने इलाके दे चैंपियन ने माशाल्लाह इदा मुंह बोलता हां जी हां जी सबूत है हां जी हां जी हां जी इदा ही इदा ही ते जेड़ा मेरा शहीद ना होएगा अंदरों साफ आदमी नहीं होएगा जी सर जी ते मैं उनू किस तरह करा देईया हां सारा कोई इदा तकसीम तो ना हुंदा लंदा ते ओही है ना जेड़ा जिन्ना ज्यादा मुद्दा बंदा देखो एक बाप जी ज्यादा सब बच्चियां वास्ते बराबर दी हुंदी है हां जी बिल्कुल कोई बाप जी जिंदगी च ले लेंदा है लो जी ते फरमान के मुताबिक डकैती जी ना जी हो गई है जी मुकम्मल जी अपना जरा ना उन्होंने जो आके उन्होंने मिशन पूरा कर लिया जी लो जी इरफान ने जी डकैती मारती है जी आ कबूतर जी जी लो जी लाखा कबूतर जरा ना गिफ्ट हो गया जी उन्होंने जी हसदे वास्ते रहो जी हमेशा खुश रहो जी लो जी दोस्तों नवा गिफ्ट करता जी अल्लाह हाफिज़ जी।